पेड़ का ता आओ हमारे पास। सूरा सोह पहचानी है जो लड़े दीन के हेता, पुरजा पुरजा कत मरे कबू ना छाड़े खेत। पंजाब दे कोने कोने तो पहुंचे मेरे वीर साजे सत्कारयोग भैणा, समुची किसान यूनियन दे आगू, साडे बहुत सत्कारयोग सरदार सिमरजीत सिंह जी मान, उन्हां दे नाल जो साडे नाल कई बार स्टेज ते साथ दे गए, सरदार जसकर सिंह जी कान सिंह वाला, जिन्ने भी मेरे वीर पंजाब तो पहुंचे आ, फतेह अर्ज करदा वाहेगुरु जी का खालसा वाहेगुरु जी की फतेह। साध संगत जी 112 दिन हो गए इत्थे शराब फैक्टरी केमिकल फैक्टरी इसके विरुद्ध जो कि अपने 40 पिंडां नूं यहर वंड रही सी, प्रदूषण वंड रही सी, सुआह इलाके दे पै रही सी। ਇਹ ਪੰਜਾਬ ਦਾ ਪਾਣੀ ਪੰਜਾਬ ਦੀ ਹਵਾ ਬਹੁਤ ਗੰਦੀ ਹੋ ਰਹੀ ਸੀ। ਸੋ ਕਈ ਵਾਰ ਅਸੀਂ ਇਸ ਫੈਕਟਰੀ ਦੇ ਮੂਹਰੇ ਧਰਨੇ ਮੁਜ਼ਾਹਰੇ ਕੀਤੇ ਕਿ ਤੁਸੀਂ ਜਿਹੜੀ ਹਵਾ ਇਹਨੂੰ ਦੂਸ਼ਿਤ ਕਰ ਰਹੇ ਹੋ, ਜਿਹੜਾ ਪਾਣੀ ਗੰਦਲਾ ਧਰਤੀ ਦੀ ਹੱਕ ਪਾੜ ਕੇ ਤੁਸੀਂ ਵਿੱਚ ਪਾ ਰਹੇ ਹੋ, ਅਤੇ ਸਾਡੇ ਇਲਾਕੇ ਵਿੱਚ ਤੁਹਾਡੀ ਜਿਹੜੀ ਫੈਕਟਰੀ ਦੀ ਸੁਆਹ ਆ ਰਹੀ ਹੈ, ਸਾਡੀ ਧਰਤੀ ਗੰਦੀ ਹੋ ਰਹੀ ਹੈ। ਕਿਉਂਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਰਮਾਇਆ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਇਸ ਤੇ ਪਹਿਰਾ ਦੇਣ ਵਾਸਤੇ ਆਪਣੇ 40 ਪਿੰਡਾਂ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੂਹਰੇ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਇਹ ਤੁਰੇ ਸੀ ਕਿ ਜਿੰਨਾ ਚਿਰ ਪੰਜਾਬ ਦਾ ਪਾਣੀ ਪੰਜਾਬ ਦੀ ਹਵਾ ਜਿਹੜੀ ਇਹ ਧਰਤੀ ਗੰਦੀ ਕਰ ਰਹੀ ਆ ਸ਼ਰਾਬ ਵਾਲੀ ਫੈਕਟਰੀ, ਜਿੰਨਾ ਚਿਰ ਇਹ ਬੰਦ ਨਹੀਂ ਹੁੰਦੀ ਉਹਨਾਂ ਚਿਰ ਇਹ ਧਰਨਾ ਚੱਕਿਆ ਨਹੀਂ ਜਾਊਗਾ। ਪਰ ਅਸੀਂ ਧੰਨਵਾਦ ਕਰਦੇ ਹਾਂ ਸਮੁੱਚੇ ਪੰਜਾਬ ਵਾਸੀਆਂ ਦਾ, ਜਿਨ੍ਹਾਂ ਨੇ ਸਾਡੀ ਪਿੱਠ ਤੇ ਖੜ ਕੇ ਆ ਕੇ ਅਤੇ ਇਹਨਾਂ ਬਲ ਤੇ ਜੋਸ਼ ਬਖਸ਼ਿਆ ਕਿ ਪਰਮਾਤਮਾ ਦੀ ਅਪਾਰ ਬਖਸ਼ਿਸ਼ ਹੋ ਗਈ ਆ। ਇਹ ਜਿਹੜਾ ਮੋਰਚਾ ਹੁਣ ਦਿੱਲੀ ਨਾਲ ਘੱਟ ਨਹੀਂ ਰਹਿ ਗਿਆ। ਸੋ ਪਹਿਲਾਂ ਵੀ ਇਹ ਬੇਨਤੀਆਂ ਕੀਤੀਆਂ ਸੀ, ਜਿੰਨਾ ਚਿਰ ਪ੍ਰਦੂਸ਼ਣ ਵੰਡ ਰਹੀ ਫੈਕਟਰੀ ਬੰਦ ਨਹੀਂ ਹੋ ਜਾਂਦੀ ਉਹਨਾਂ ਚਿਰ ਮੋਰਚਾ ਬੰਦ ਨਹੀਂ ਚੱਕਿਆ ਜਾਵੇਗਾ। ਨਾ ਕੋਈ ਟ੍ਰੀਟਮੈਂਟ ਪਲਾਂਟ ਕਿਸੇ ਵੀ ਕੀਮਤ ਤੇ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਕਿਉਂਕਿ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੂਹਰੇ ਇਹ ਅਰਦਾਸ ਕਰਕੇ ਤੁਰੇ ਸੀ ਕਿ ਕੋਈ ਸਮਝੌਤਾ ਨਹੀਂ ਕਰਾਂਗੇ, ਪਾਣੀ ਤੇ ਹਵਾ ਗੰਦੀ ਕਰ ਰਹੀ ਫੈਕਟਰੀ ਨੂੰ ਬੰਦ ਕਰਾ ਕੇ ਰਹਾਂਗੇ। ਸੋ ਵੀਰੋ, ਜਿਸ ਤਰ੍ਹਾਂ ਤੁਸੀਂ ਸਾਥ ਦੇ ਰਹੇ ਹੋ, ਬਹੁਤ ਬਹੁਤ ਸਾਰੇ ਇਲਾਕੇ ਦਾ ਧੰਨਵਾਦ। ਮੈਂ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਕਿਸਾਨ ਯੂਨੀਅਨ ਦੇ ਆਗੂ ਬਹੁਤ ਬੈਠੇ ਆ, ਸਿਮਰਜਨ ਸਿੰਘ ਮਾਨ ਉਹਨਾਂ ਨੇ ਬੋਲਣਾ, ਬਹੁਤਾ ਟਾਈਮ ਨਹੀਂ ਲੈਂਦਾ। ਇਹਨਾਂ ਕੁਝ ਕਹਿੰਦਾ ਖਿਮਲਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।